ਸਤਿ ਸ਼੍ਰੀ ਅਕਾਲ ਦੋਸਤੋ, 23 ਜੁਲਾਈ ਦੀ ਸ਼ਾਮ ਨੂੰ ਸਿਹਤ ਵਿਭਾਗ ਅੰਮ੍ਰਿਤਸਰ ਵੱਲੋਂ ਜਿਹੜਾ ਕੋਵਿਡ ਬੁਲੇਟਿਨ ਜਾਰੀ ਕੀਤਾ ਗਿਆ ਉਸ ਅਨੁਸਾਰ ਪਿਛਲੇ 24 ਘੰਟਿਆਂ ਦੇ ਵਿੱਚ 36 ਨਵੇਂ ਪੋਜ਼ਿਟਿਵ ਕੇਸ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਆਏ, ਜਿਨ੍ਹਾਂ ਦੇ ਵਿੱਚ 25 ਸਿੰਪਟੋਮੈਟਿਕ ਵੱਖ ਵੱਖ ਇਲਾਕਿਆਂ ਦੇ ਵਿੱਚ ਅਤੇ 11 ਲੋਕ ਉਹ ਪੋਜ਼ਿਟਿਵ ਹੋਏ ਜਿਹੜੇ ਪੁਰਾਣੇ ਪੋਜ਼ਿਟਿਵ ਦੇ ਕੰਟੈਕਟ ਦੇ ਵਿੱਚ ਆਏ ਸਨ। ਹੁਣ ਤੱਕ ਅੰਮ੍ਰਿਤਸਰ ਸ਼ਹਿਰ ਦੇ ਵਿੱਚ 1396 ਪੋਜ਼ਿਟਿਵ ਕੇਸ ਆ ਚੁੱਕੇ ਹਨ, ਜਿਨ੍ਹਾਂ ਦੇ ਵਿੱਚ ਸਿਹਤਮੰਦ ਹੋ ਕੇ ਘਰਾਂ ਨੂੰ ਵਾਪਸ ਪਰਤੇ ਹਨ 1039 ਅਤੇ 292 ਪੋਜ਼ਿਟਿਵ ਕੇਸਾਂ ਦਾ ਇਲਾਜ ਚੱਲ ਰਿਹਾ ਸ਼ਹਿਰ ਦੇ ਵੱਖ ਵੱਖ ਹਸਪਤਾਲਾਂ ਦੇ ਵਿੱਚ। ਮਰਨ ਵਾਲਿਆਂ ਦੀ ਗਿਣਤੀ ਜਿਹੜੀ ਪਹਿਲਾਂ 64 ਸੀ, ਇੱਕ ਹੋਰ ਪੋਜ਼ਿਟਿਵ ਕੇਸ ਆਪਣੀ ਜਾਨ ਗੁਆ ਬੈਠਾ ਮਹਾਂਮਾਰੀ ਦੇ ਹੱਥੋਂ, ਹੁਣ ਮਰਨ ਵਾਲਿਆਂ ਦੀ ਗਿਣਤੀ 65 ਹੋ ਗਈ। ਗੁਰਨਾਮ ਸਿੰਘ, ਉਮਰ 77 ਸਾਲ, ਬੋਪਾਰਾਏ ਕਲਾ ਦੇ ਰਹਿਣ ਵਾਲੇ ਸਨ, ਜਿਹੜੇ ਕੋਵਿਡ ਦੇ ਪੋਜ਼ਿਟਿਵ ਸਨ ਅਤੇ ਇਹਨਾਂ ਦੀ ਪੋਜ਼ਿਟਿਵ ਹੋਣ ਦੇ ਬਾਵਜੂਦ ਇਲਾਜ ਚੱਲ ਰਿਹਾ ਸੀ ਅਤੇ ਹੁਣ ਇਹਨਾਂ ਦੀ ਡੈਥ ਹੋ ਗਈ। ਇਸ ਤਰ੍ਹਾਂ ਟੋਟਲ ਹੁਣ ਤੱਕ ਅੰਮ੍ਰਿਤਸਰ ਦੇ ਵਿੱਚ ਜਿਹੜੀਆਂ ਮੌਤਾਂ ਹੋਈਆਂ ਹਨ ਕੋਵਿਡ ਦੇ ਹੱਥੋਂ ਉਹ ਹਨ 65। 36 ਕੇਸ ਜਿਹੜੇ ਪੋਜ਼ਿਟਿਵ ਆਏ ਹਨ, ਜਿਹੜੇ ਉਹਨਾਂ ਦੇ ਵਿੱਚ 25 ਸਿੰਪਟੋਮੈਟਿਕ ਹਨ। ਉਹਨਾਂ ਦਾ ਵੇਰਵਾ, 2 ਜੰਡਿਆਲਾ ਗੁਰੂ, 1 ਕ੍ਰਿਸ਼ਨਾ ਨਗਰ ਬਟਾਲਾ ਰੋਡ, 1 ਬਾਬਾ ਬਰਕਾਲਾ, 1 ਡੀ ਬਲੋਕ ਰਣਜੀਤ ਐਵਨਿਊ, 1 ਵੇਰਕਾ, 1 ਜੁਝਾਰ ਸਿੰਘ ਐਵਨਿਊ, 1 ਗੋਲਡਨ ਐਵਨਿਊ, 1 ਸ਼ਿਵਾਲਾ ਕਲੋਨੀ, 1 ਕੋਟ ਬਾਬਾ ਦੀਪ ਸਿੰਘ, 1 ਨਿਮਕ ਮੰਡੀ, 1 ਪ੍ਰੀਤ ਨਗਰ, 1 ਪਿੰਡ ਬਲ ਖੁਰਦ, 1 ਏਕਤਾ ਨਗਰ, 1 ਚਮਰੰਗ ਰੋਡ, 1 ਸਿੰਘ ਨਗਰ ਆਊਟਸਾਈਡ ਗਲਵਾਲੀ ਗੇਟ, 1 OSD ਕਨਾਲ ਕਲੋਨੀ ਰੇਲਵੇ ਸਟੇਸ਼ਨ, 1 ਗੁਰਨਾਮ ਨਗਰ, 1 ਅਜਨਾਲਾ, 1 ਰਣਜੀਤਪੁਰਾ ਛਿਆਟਾ, 1 ਕੋਟ ਆਤਮਾ ਸਿੰਘ, 1 ਪਿੰਡ ਫੇਰੂਮਾਨ, 1 ਫਰੈਂਡਸ ਐਵਨਿਊ ਮਜੀਠਾ ਰੋਡ, 1 ਟੰਡਨ ਨਗਰ ਅਤੇ 1 ਪੁਲਿਸ ਕੰਟਰੋਲ ਰੂਮ। ਇਹ 25 ਸਿੰਪਟੋਮੈਟਿਕ ਕੇਸ ਵੱਖ ਵੱਖ ਇਲਾਕਿਆਂ ਦੇ ਵਿੱਚ, 11 ਜਿਹੜੇ ਕੰਟੈਕਟ 'ਚ ਆਉਣ ਤੋਂ ਬਾਅਦ ਪੋਜ਼ਿਟਿਵ ਹੋਏ। ਸੈਂਟਰਲ ਜੇਲ੍ਹ ਦੇ ਵਿੱਚ ਪੋਜ਼ਿਟਿਵ ਦੇ ਕੇਸ ਕੰਟੈਕਟ 'ਚ ਆਏ, 3 ਲੋਕ ਹੋਰ ਪੋਜ਼ਿਟਿਵ। ਗੁਰੂ ਗੋਬਿੰਦ ਸਿੰਘ ਨਗਰ ਮਜੀਠਾ ਰੋਡ ਦੇ ਕੰਟੈਕਟ 'ਚ ਆਇਆ 1 ਹੋਰ ਸ਼ਖਸ ਪੋਜ਼ਿਟਿਵ। IV ਹੋਸਪਿਟਲ ਦੇ ਕੰਟੈਕਟ 'ਚ ਆਇਆ 1 ਹੋਰ ਸ਼ਖਸ ਪੋਜ਼ਿਟਿਵ। ਬਿਆਸ ਹੋਸਪਿਟਲ ਦੇ ਕੰਟੈਕਟ 'ਚ ਆਇਆ 1 ਹੋਰ ਸ਼ਖਸ ਪੋਜ਼ਿਟਿਵ। ਗੁਰੂ ਰਾਮਦਾਸ ਨਗਰ ਦੇ ਕੰਟੈਕਟ 'ਚ ਆਇਆ 1 ਹੋਰ ਪੋਜ਼ਿਟਿਵ ਕੇਸ। ਗ੍ਰੀਨ ਐਵਨਿਊ ਦੇ ਕੰਟੈਕਟ 'ਚ ਆਇਆ 1 ਕੇਸ ਪੋਜ਼ਿਟਿਵ ਅਤੇ ਫਰੈਂਡਸ ਐਵਨਿਊ ਮਜੀਠਾ ਰੋਡ ਦੇ ਕੰਟੈਕਟ 'ਚ ਆਇਆ 1 ਹੋਰ ਸ਼ਖਸ ਪੋਜ਼ਿਟਿਵ ਹੋ ਗਿਆ। ਟੰਡਨ ਨਗਰ ਦੇ ਕੰਟੈਕਟ ਦੇ ਵਿੱਚ ਆਏ 1 ਹੋਰ ਸ਼ਖਸ ਪੋਜ਼ਿਟਿਵ। ਇਸ ਤਰ੍ਹਾਂ ਇਹ ਗਿਣਤੀ 11। ਟੋਟਲ ਪਿਛਲੇ 24 ਘੰਟਿਆਂ 'ਚ ਪੋਜ਼ਿਟਿਵ ਕੇਸ ਅੰਮ੍ਰਿਤਸਰ ਸ਼ਹਿਰ ਦੇ ਵਿੱਚ 36। ਜਿਵੇਂ ਤੁਹਾਨੂੰ ਪਹਿਲਾਂ ਦੱਸਿਆ, ਟੋਟਲ ਹੁਣ ਤੱਕ ਪੋਜ਼ਿਟਿਵ 1396, ਸਿਹਤਮੰਦ ਹੋ ਕੇ ਘਰਾਂ ਵਾਪਸ ਪਰਤੇ 1039, 292 ਦਾ ਇਲਾਜ ਚੱਲ ਰਿਹਾ ਹੈ ਅਤੇ 65 ਲੋਕ ਮਹਾਂਮਾਰੀ ਦੇ ਹੱਥੋਂ ਆਪਣੀ ਜਾਨ ਗੁਆ ਬੈਠੇ ਹਨ। ਦੋਸਤੋ, ਆਪਣੀ ਸਾਂਭ ਸੰਭਾਲ ਕਰੋ, ਗਾਈਡਲਾਈਨ ਦੀ ਪਾਲਣਾ ਕਰੋ ਅਤੇ ਜਿੱਥੇ ਵੀ ਬਚਾਅ ਹੋ ਸਕਦਾ ਹੈ ਜ਼ਰੂਰ ਬਚਾਅ ਕਰੋ। ਭਾਵੇਂ ਗੱਲ ਸੋਸ਼ਲ ਡਿਸਟੈਂਸ ਦੀ ਹੈ, ਮਾਸਕ ਦੀ ਹੈ, ਹੱਥਾਂ ਨੂੰ ਧੋਣ ਦੀ ਹੈ, ਕਿਧਰੇ ਵੀ ਕੋਈ ਵੀ ਅਣਗਹਿਲੀ ਨਾ ਕਰੋ ਤਾਂ ਜੋ ਜਲਦੀ ਤੋਂ ਜਲਦੀ ਅਸੀਂ ਤੁਸੀਂ ਸਾਰੇ ਤੰਦਰੁਸਤ ਰਹਿ ਸਕੀਏ, ਸ਼ਹਿਰ ਤੰਦਰੁਸਤ ਰਹਿ ਸਕੇ। ਫਾਸਟ ਨਿਊਜ਼ ਲਈ ਕੈਮਰਾਮੈਨ ਰਾਕੇਸ਼ ਦੇ ਨਾਲ ਨੀਟਾ ਸਿੰਘ।